ਨਗਰੀ ਤਾਰੀਏ ਧੰਨ ਗੁਰੂ ਰਵਿਦਾਸ ਤੇਰੀ ਮਹਿਮਾ ਨਿਆਰੀਏ ਵਸਾਏ ਸੀ ਗੋਰਖ ਵਰਗੇ ਨਾਥ ਪੈਰਾਂ ਵਿੱਚ ਲਟਾਏ ਸੀ ਤਿੰਨੇ ਲੋਕ ਲੋਖੰਡ ਧੋਰੀ ਵਿੱਚ ਵਸਾਏ ਸੀ ਗੋਰਖ ਵਰਗੇ ਨਾਥ ਪੈਰਾਂ ਵਿੱਚ ਲਟਾਏ ਸੀ ਐਸਾ ਸੰਘਰਸ਼ ਕੀਤਾ, ਕੋਈ ਤਲਵਾਰ ਨਹੀਂ ਚੱਕੀ, ਕੋਈ ਤੀਰ ਨਹੀਂ ਚੱਕਿਆ, ਕੋਈ ਪਿਸਤੌਲ ਨਹੀਂ ਚੱਕੀ, ਤਾਂ ਸਤਿਗੁਰੂ ਨੇ ਕੈਸਾ ਸੰਘਰਸ਼ ਕੀਤਾ। ਸਾਹਮਣਾ ਕੀਤਾ ਜ਼ੁਲਮਾਂ ਦਾ ਤੁਸੀਂ ਬਿਨ ਤਲਵਾਰਾਂ ਤੋਂ, ਸਾਹਮਣਾ ਕੀਤਾ ਜ਼ੁਲਮਾਂ ਦਾ ਤੁਸੀਂ ਬਿਨ ਤਲਵਾਰਾਂ ਤੋਂ, ਤੇਰੇ ਜਿਹਾਨੀ ਮਿਲਣਾ ਸਤਿਗੁਰ ਲੱਖ ਹਜ਼ਾਰਾਂ ਤੋਂ, ਤਲਵਾਰਾਂ ਤੋਂ ਤੇਰੇ ਜਿਹਾਨੀ ਮਿਲਣਾ ਸਤਿਗੁਰ ਲੱਖ ਹਜ਼ਾਰਾਂ ਤੋਂ, ਤੇਰੇ ਜਿਹਾਨੀ ਮਿਲਣਾ ਸਤਿਗੁਰ ਲੱਖ ਹਜ਼ਾਰਾਂ ਤੋਂ, ਤੇਰੇ ਜਿਹਾਨੀ ਮਿਲਣਾ ਸਤਿਗੁਰ ਲੱਖ ਹਜ਼ਾਰਾਂ ਤੋਂ। ਹੱਥ ਜੋੜ ਕੇ ਸਿੰਧੀ ਨੇ ਵੀ ਅਰਜ ਗੁਜ਼ਾਰੀਏ, ਹੱਥ ਜੋੜ ਕੇ ਸਿੰਧੀ ਨੇ ਵੀ ਅਰਜ ਗੁਜ਼ਾਰੀਏ, ਧੰਨ ਗੁਰੂ ਰਵਿਦਾਸ ਤੇਰੀ ਮਹਿਮਾ ਨਿਆਰੀਏ। ਤੇਰੀ ਮੈਂ
ਕਹਿੰਦਾ ਜ਼ਿੰਦਗੀ ਤੇਰੇ ਲੇਖੇ ਕਹਿੰਦਾ ਜ਼ਿੰਦਗੀ ਤੇਰੇ ਲੇਖੇ ਲਾਵਾਂ ਮੈਂ ਮਾਲੀਏ ਕਹਿੰਦਾ ਜ਼ਿੰਦਗੀ ਤੇਰੇ ਲੇਖੇ ਲਾਵਾਂ ਮੈਂ ਅੰਮ੍ਰਿਤ ਬਾਣੀ ਸਤਿਗੁਰ ਤੇਰੀ ਸਾਰੇ ਹੀ ਰੋਗ ਕੱਢਦੀ ਏ ਸਾਰੀ ਦੁਨੀਆਂ ਤੇਰੀ ਬਾਣੀ ਦੀ ਹੀ ਖੱਟੀ ਫੱਟਦੀ ਏ ਸਾਰੀ ਦੁਨੀਆ ਤੇਰੀ ਬਾਣੀ ਦੀ ਹੀ ਖੱਟੀ ਫੱਟਦੀ ਖੱਟੀ ਖੱਟਦੀ ਏ ਸਾਰੀ ਦੁਨੀਆ ਤੇਰੀ ਬਾਣੀ ਦੀ ਹੀ ਖੱਟੀ ਖੱਟਦੀ ਏ ਇੱਕ ਪਲ ਵੀ ਸੋਹਣੀ ਸ਼ਬਦ ਭੁੱਲ ਨਾ ਜਾਵਾਂ ਮੈਂ ਇੱਕ ਪਲ ਵੀ ਸੋਹਣੀ ਸ਼ਬਦ ਭੁੱਲ ਨਾ ਜਾਵਾਂ ਮੈਂ ਮਾਲੀਏ ਕਹਿੰਦਾ ਜ਼ਿੰਦਗੀ ਤੇਰੇ ਲੇਖੇ ਲਾਵਾਂ ਮੈਂ ਮਾਲੀਏ ਕਹਿੰਦਾ ਜ਼ਿੰਦਗੀ ਤੇਰੇ ਲੇਖੇ ਲਾਵਾਂ ਮੈਂ ਸੁਰਿੰਦਰ ਸਿੰਘਾਂ ਤੇਰੀਆਂ ਕਿੱਥੋਂ ਗਾਵਾਂ ਮੈਂ ਕਹਿੰਦੇ ਸੁਰਿੰਦਰ ਸਿੰਘਾਂ ਤੇਰੀਆਂ ਕਿੱਥੋਂ ਗਾਵਾਂ ਮੈਂ ਮੰਨੀਏ ਕਹਿੰਦਾ ਜ਼ਿੰਦਗੀ ਤੇਰੇ ਲੇਖੇ ਲਾਵਾਂ ਮੈਂ ਮੰਨੀਏ ਕਹਿੰਦਾ ਜ਼ਿੰਦਗੀ ਤੇਰੇ ਲੇਖੇ ਲਾਵਾਂ ਮੈਂ ਸੁਬਾ ਸ਼ਾਮ ਨੂੰ ਸਤਿਗੁਰੀ ਤੇਰਾ ਨਾਮ ਤੇ ਆਵਾਂ ਮੈਂ ਸੁਬਾ ਸ਼ਾਮ ਨੂੰ ਸਤਿਗੁਰੀ ਤੇਰਾ ਨਾਮ ਤੇ ਆਵਾਂ ਮੈਂ ਮੰਨੀਏ ਕਹਿੰਦਾ ਜ਼ਿੰਦਗੀ ਤੇਰੇ ਲੇਖੇ
ਕਿ ਸਾਹਿਬਾਂ ਦਾ ਮਿਸ਼ਨ ਕੀ ਸੀ, ਉਹਦਾ ਮਕਸਦ ਕੀ ਸੀ। ਗੁਰੂ ਪਿਆਰਿਓ, ਅਸੀਂ ਹਮੇਸ਼ਾ ਮਾਈਕ ਵਿੱਚ ਹਮੇਸ਼ਾ ਦੱਗ ਲੈ ਕੇ ਸਮਾਜ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਸਮਾਜ ਹਰ ਸਾਲ 11.5 ਮਹੀਨੇ ਸੌਣ ਤੋਂ ਬਾਅਦ ਗੁਰਪੁਰ ਲੰਘਣ ਚੱਲ ਰਿਹਾ ਹੈ। ਫਿਰ ਜਦੋਂ ਗੁਰਪੁਰ ਲੰਘਦੇ ਤਾਂ ਬੜਾ ਦੁੱਖ ਲੱਗਦਾ, ਕਿਉਂਕਿ ਫਿਰ ਬਣੀ ਹੁੰਦੀ ਹੈ ਤਸਵੀਰ, ਕਿਉਂਕਿ ਸਾਡਾ ਮਕਸਦ ਸਿਰਫ ਢੋਲਕੀਆਂ ਛੈਣੇ, ਡੀਜੇ ਦੇ ਭੰਗੜੇ ਪਾ ਕੇ ਲੰਗਰ ਪਾ ਕੇ ਘਰ ਚਲੇ ਜਾਣਾ, ਇਹ ਸਾਡਾ ਮਕਸਦ ਨਹੀਂ ਹੈ। ਕਿਉਂਕਿ ਸਾਡੀ ਹਾਲਤ ਜੇ ਸੋਚਣੀ ਹੈ ਤਾਂ ਰਾਜ ਭਾਗ ਲੈ ਕੇ ਸੋਚਣੀ, ਕਿਉਂਕਿ ਅਸਾਂ ਗੁਰਾਂ ਦੇ ਮਿਸ਼ਨ ਨੂੰ ਕੀ ਦਿੱਤਾ, ਮੰਗਾਂ ਨਿੱਤ ਹੀ ਗੁਰਾਂ ਤੋਂ ਮੰਗੀਆਂ ਨੇ, ਅਸਾਂ ਗੁਰਾਂ ਦੇ ਮਿਸ਼ਨ ਨੂੰ ਕੀ ਦਿੱਤਾ, ਮੰਗਾਂ ਨਿੱਤ ਹੀ ਗੁਰਾਂ ਤੋਂ ਮੰਗੀਆਂ ਨੇ, ਨਹੀਂ ਲੋਕਾਂ ਦੇ ਮਸਲੇ ਹੱਲ ਹੋਏ, ਹੁਣ ਤੱਕ ਕਿੰਨੀਆਂ ਪੀੜੀਆਂ ਲੰਘੀਆਂ ਨੇ, ਨਹੀਂ ਸਾਡੇ ਮਸਲੇ ਹੱਲ ਹੋਏ, ਹੁਣ ਤੱਕ ਕਿੰਨੀਆਂ ਪੀੜੀਆਂ ਲੰਘੀਆਂ ਨੇ। ਸਹਿਜਲ ਕਮਜ਼ੋਰੀ ਸਾਡੀ ਹੈ, ਸਹਿਜਲ ਕਮਜ਼ੋਰੀ ਸਾਡੀ ਹੈ, ਅਸੀਂ ਨਾ ਗੱਜਦੇ ਹਾਂ ਨਾ ਵਰਦੇ ਹਾਂ, ਨਾ ਗੱਜਦੇ ਹਾਂ ਨਾ ਵਰਦੇ ਹਾਂ, ਬਸ ਇੱਕੋ ਹੀ ਕਮਜ਼ੋਰੀ ਸਾਡੀ ਹੈ, ਅਸੀਂ ਇੱਕ ਹੋਣ ਤੋਂ ਡਰਦੇ ਹਾਂ, ਅਸੀਂ ਇੱਕ ਹੋਣ ਤੋਂ ਡਰਦੇ ਹਾਂ। ਸੋ ਇੱਕ ਸਾਰਿਆਂ ਦੀ ਬੇਨਤੀ ਜਿਹੜੀ ਬੜੀ ਜ਼ਰੂਰੀ ਬੇਨਤੀ ਹੈ, ਸਾਰਿਆਂ ਦੇ ਮਨ ਦੇ ਨੰਬਰ ਫੈਨ ਡਾਕਟਰ ਅੰਬੇਡਕਰ ਜੀ ਦੇ ਚੈਨਲ ਸਾਡੇ ਵੀਰਾਂ ਤੇ ਪਹੁੰਚ ਗਏ, ਜਿੰਨੇ ਵੀ ਸਾਰੇ ਨੈੱਟ ਚਲਾਉਂਦੇ ਮੇਰੇ ਖਿਆਲ ਘਰ ਘਰ ਦੇ ਵਿੱਚ ਚੱਲਦਾ ਹੋਵੇਗਾ, ਸਾਰੇ ਸਬਸਕ੍ਰਾਈਬ ਉਹਨਾਂ ਚੈਨਲ ਕਰਨਾ ਫੈਨ ਡਾਕਟਰ ਅੰਬੇਡਕਰ ਜੀ ਦੇ, ਕਿਉਂਕਿ ਉਹਦੇ ਵਿੱਚ ਸਾਡੇ ਵੀਰ ਜੀ ਆਏ ਹੋਏ ਨੇ, ਸਾਰੇ ਆਪਣੇ ਸਮਾਜ ਦੀਆਂ ਗੱਲਾਂ ਬੀਤੀਆਂ ਇਹ ਕੀ ਉਪਲਬਧੀਆਂ ਅਤੇ ਕੀ ਸਾਨੂੰ ਕਰਨਾ ਚਾਹੀਦਾ ਉਸ ਚੈਨਲ ਦੇ ਰਾਹੀਂ ਸਾਨੂੰ ਸ਼ਿਕਸ਼ਾ ਮਿਲੇਗੀ, ਸਾਨੂੰ ਪਤਾ ਲੱਗੇਗਾ ਕਿ ਸਾਡੇ ਸਮਾਜ ਦੇ ਨਾਲ ਕੀ ਹੋ ਰਿਹਾ ਅਤੇ ਕੀ ਸਾਡੇ ਨਾਲ ਵਾਧਾ ਹੋ ਰਿਹਾ ਅਤੇ ਕੀ ਘਾਟਾ ਹੋ ਰਿਹਾ, ਔਰ ਸਾਨੂੰ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਸ਼ਿਕਸ਼ਾ ਦੇਣੀ ਆਪਣੇ ਸਮਾਜ ਨੂੰ। ਸੋ ਮੇਰੀ ਬੇਨਤੀ ਹੈ ਕਿ ਫੈਨ ਡਾਕਟਰ ਅੰਬੇਡਕਰ ਜੀ ਦੇ ਚੈਨਲ ਸਾਰੇ ਯੂਟਿਊਬ ਦੇ ਵਿੱਚ ਸਬਸਕ੍ਰਾਈਬ ਕਰਕੇ ਅਤੇ ਬੈਲ ਬਟਨ ਸਾਰੇ ਸਾਰੇ ਬਣਨ। ਸੋ ਮੇਰਾ ਘਰ 100-150 ਸੰਗਤ ਆ ਜਿਹੜਾ ਕਿ ਜੀ ਪਹੁੰਚਿਆ, ਸੋ ਬੇਨਤੀ ਕਰਦੇ ਕਿ ਸਾਰੇ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ, ਅਤੇ ਸਾਡੇ ਵੀਰੋ ਬਾਰ ਬਾਰ ਬੇਨਤੀ ਹੈ, ਇਹ ਸਾਡਾ ਫਰਜ਼ ਵੀ ਹੈ ਕਿ ਸਾਨੂੰ ਚਾਹੀਦਾ ਕਿ ਹੋਰ ਸਾਡੇ ਕਿਸੇ ਨੇ ਕਮਰ ਨਹੀਂ ਲਾਣੀ, ਅਤੇ ਇਹ ਸਾਡੇ ਸਮਾਜ ਨੇ ਇਹਨਾਂ ਨੇ ਸਾਡੀਆਂ ਕਮਰਾਂ ਲਾਣੀਆਂ। ਜੋ ਬੋਲੇ ਸੋਨੀ ਮੈਂ ਅਸੀਂ ਗਰੀਬੀ ਦੂਰ ਕਰਨੀ ਹੈ ਕਿ ਉਹਨੂੰ ਕਿਸੇ ਵੀ ਵਸਤੂ ਦੀ ਸਵਾਦ ਉੱਤੇ ਸੋਨੇ ਦੀ ਬਣ ਜਾਏਗੀ, ਜੇ ਤੁਸੀਂ ਆਪਣੀ ਗਰੀਬੀ ਜਿਹੜੀ ਆ ਉਹ ਦੂਰ ਕਰ ਸਕੋ। ਪਰ ਕੁਛ ਸਾਲਾਂ ਦੇ ਬਾਅਦ ਜਦੋਂ ਇਹ ਵਿਅਕਤੀ ਫਿਰ ਦੁਬਾਰਾ ਉੱਤੇ ਆ ਕੇ ਗਿਆ ਤੇ ਵਸਤੂ ਅਰਦਾਸ ਮਾਰਾ ਉਸੇ ਤਰ੍ਹਾਂ ਉਸੇ ਸਥਿਤੀ ਦੇ ਵਿੱਚ ਫਿਰ ਬੈਠੇ ਹੋਏ ਸੀ, ਤੇ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਮਹਾਰਾਜ ਤੁਸੀਂ ਮੈਂ ਤੁਹਾਨੂੰ ਪਾਰਸ ਦੇ ਕੇ ਗਿਆ ਸੀ ਤੇ ਤੁਸੀਂ ਅੱਜ ਵੀ ਉਸੇ ਤਰ੍ਹਾਂ ਉਹਨੂੰ ਚੌਂਕੀ ਚ ਰਹਿ ਰਹੇ, ਤੇ ਸਭ ਤੋਂ ਪ੍ਰਕਾਸ਼ ਮਹਾਰਾਜ ਨੇ ਕਿਹਾ ਕਿ ਭਾਈ ਜਿੱਥੇ ਤੂੰ ਰੱਖ ਕੇ ਗਿਆ ਸੀ ਉਹ ਕੋਈ ਟੁਕੜਾ ਮੈਨੂੰ ਉਹਦੀ ਕੋਈ ਲੋੜ ਨਹੀਂ। ਇਹੋ ਜਿਹਾ ਸਬਰ, ਇਹੋ ਜਿਹਾ ਸਿੱਧਕ ਸਾਡੇ ਮਹਾਨ ਰਹਿਬਰ ਸਭ ਤੋਂ ਪ੍ਰਕਾਸ਼
ਔਰ ਉਹਨਾਂ ਨੇ ਹਮੇਸ਼ਾ ਇਹ ਸੰਘਰਸ਼ ਕੀਤਾ ਕਿ ਜਿਸ ਸਮਾਜ ਦੇ ਵਿੱਚ ਮੈਂ ਪੈਦਾ ਹੋਇਆ ਮੈਂ ਉਸ ਸਮਾਜ ਦੀ ਜਿਹੜੀ ਗੁਲਾਮੀ ਹੈ ਉਹਨੂੰ ਖਤਮ ਕਰਨਾ। ਔਰ ਆਪਣੀ ਬਾਣੀ ਦੇ ਅੰਦਰ ਵੀ ਉਹਨਾਂ ਨੇ ਕਿਹਾ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਰ ਕੁਮਾਰ ਨੂੰ ਸੋਚ ਬੜੋ ਸਭ ਸਾਮਸੇ ਰਵਦਾਸ ਕਿ ਮੈਂ ਹੈ ਰਾਜਨ ਮੈਂ ਇਹੋ ਜਿਹਾ ਰਾਜ ਕਹਿਣਾ ਵਾ ਕਿ ਜਿੱਥੇ ਕੋਈ ਵੀ ਛੋਟਾ ਤੇ ਵੱਡਾ ਨਾ ਹੋਵੇ, ਕੋਈ ਜਾਤ ਵਿਵਸਥਾ ਨਾ ਹੋਵੇ, ਕੋਈ ਅਮੀਰ ਨਾ ਹੋਵੇ, ਕੋਈ ਗਰੀਬ ਨਾ ਹੋਵੇ, ਹਰ ਕਿਸੇ ਨੂੰ ਜਿਹੜਾ ਆ ਉਹ ਭੱਜ ਕੇ ਰੋਟੀ ਮਿਲਣੀ ਚਾਹੀਦੀ ਹੈ। ਪਰ 641 ਸਾਲ ਉਹਨਾਂ ਦੇ ਆਗਮਨ ਪੁਰਬ ਨੂੰ ਹੋ ਗਏ ਔਰ ਮੈਂ ਸਮਝਦਾ ਪੰਜਾਬ ਦੇ ਅੰਦਰ ਵੀ ਅਸੀਂ ਪਿਛਲੇ 60-70 ਸਾਲਾਂ ਦੇ ਅੰਦਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਮਨਾ ਰਹੇ ਹਾਂ ਔਰ ਪਿਛਲੇ 20 ਸਾਲਾਂ ਤੋਂ ਇਹ ਵੱਡੇ ਲੈਵਲ ਤੇ ਮਨਾਇਆ ਜਾ ਰਿਹਾ ਕਿ ਅਸੀਂ ਇਸ ਗੱਲ ਦੇ ਉੱਤੇ ਵਿਚਾਰ ਕੀਤਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਚਾਹੁੰਦੇ ਕੀ ਸੀ, ਉਹਨਾਂ ਨੇ ਸਾਡੇ ਲਈ ਕਿਹੋ ਜਿਹਾ ਸੁਪਨਾ ਦੇਖਿਆ ਕਿ ਅੱਜ ਵੀ ਅਸੀਂ ਉਸ ਸੁਪਨੇ ਵੱਲ ਨੂੰ ਵਧੇ ਹਾਂ ਜਾਂ ਨਹੀਂ। ਪਰ ਜੇ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਕਰ ਦੀ ਗੱਲ ਕਰ ਲਈਏ ਤਾਂ ਐਸਾ ਕੋਈ ਵੀ ਪਿੰਡ ਨਹੀਂ ਹੈ ਜਿਹਨਾਂ ਦੀ ਇਹ ਗੱਲ ਨਹੀਂ। ਉਹਨਾਂ ਨੇ ਗੱਲ ਕੀਤੀ ਮਾਧੋ ਵਿਦਿਆ ਹਿੱਕ ਜੀ ਵਿਵੇਕ ਜੀ ਉਮਲੀ ਕਿ ਜਿਹਨਾਂ ਲੋਕਾਂ ਦੇ ਕੋਲ ਸਿੱਖਿਆ ਨਹੀਂ ਹੁੰਦੀ, ਜਿਹਨਾਂ ਦੇ ਕੋਲ ਗਿਆਨ ਨਹੀਂ ਹੁੰਦਾ, ਉਹਨਾਂ ਦੀ ਜਿਹੜੀ ਸੋਚਣ ਦੀ ਸ਼ਕਤੀ ਹੈ ਉਹ ਖਤਮ ਹੋ ਜਾਂਦੀ ਹੈ। ਅੱਜ ਸਾਨੂੰ ਸੋਚਣਾ ਪਏਗਾ ਕਿ ਅਸੀਂ ਪੜ੍ਹਾਈ ਦੇ ਵਿੱਚ ਕਿੰਨੇ ਅੱਗੇ ਵਧੇ। ਅੱਜ ਜਿਹਨਾਂ ਨੂੰ ਅਸੀਂ ਸ਼ਕਤੀ ਦਿੱਤੀ, ਜਿਹਨਾਂ ਨੂੰ ਅਸੀਂ ਤਾਕਤ ਦਿੱਤੀ ਹੈ, ਅੱਜ ਉਹਨਾਂ ਲੋਕਾਂ ਨੇ ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਔਰ ਸਾਡੇ ਲੋਕਾਂ ਦੇ ਕੋਲ ਸਿੱਖਿਆ ਨੂੰ ਜਿਹੜਾ ਆ ਉਹਨਾਂ ਤੋਂ ਦੂਰ ਕਰਨ ਦਾ ਜਿਹੜਾ ਕੰਮ ਹੈ ਕਰਨ ਦਾ, ਸਾਡੇ ਸਟੂਡੈਂਟ ਸਾਡੇ ਬੱਚੇ ਜਿਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਆ ਉੱਥੇ ਅਸੀਂ ਜਾ ਕੇ ਦੇਖੀਏ ਅਤੇ ਬੈਠਣ ਨੂੰ ਕਾਰਟੂਨ ਅਤੇ ਪੜ੍ਹਨ ਨੂੰ ਕਿਤਾਬਾਂ ਨੂੰ ਅਤੇ ਪੜ੍ਹਾਉਣ ਨੂੰ ਕੀ ਕਰ ਦਿੰਦੇ। ਇਹੋ ਜਿਹੀ ਵਿਵਸਥਾ ਸਾਨੂੰ ਦੇਤੀ ਆ ਕਿ ਅਸੀਂ ਸਭ ਤੋਂ ਵੱਡਾ ਮਹਾਰਾਜ ਦੇ ਸੁਪਨੇ ਨੂੰ ਸਾਕਾਰ ਕਰ ਪੜ੍ਹ ਰਹੇ। ਦੂਸਰੀ ਗੱਲ ਉਹਨੇ ਰਾਜ ਦੀ ਕੀਤੀ ਕਰੀ ਪੀਤ